ਜੀ ਮਿਹਨਤਾਂ ਕਰ ਕਰ ਹੰਭ ਗਏ ਸਭ ਦੀਆਂ, ਸਭ ਦੀਆਂ ਮਿਹਨਤਾਂ ਕਰ ਲਈਆਂ ਲੋਕਲ। ਮੈਂ ਤੁਹਾਨੂੰ ਦੱਸਿਆ ਤਾਂ ਹੈ ਜਿਹੜੇ ਲੋਕਲ MLAs ਨੇ ਇਕੱਲੇ ਇਕੱਲੇ ਨੂੰ ਮਿਲੇ ਹੋਏ ਸੀ, ਕਾਂਗਰਸ ਦਾ ਹੋਵੇ ਚਾਹੇ ਹੁਣ ਇਹਨਾਂ ਦੀ ਕਮੇਟੀ ਬਣੀ ਆ, ਆਮ ਆਦਮੀ ਪਾਰਟੀ ਵਾਲਿਆਂ ਦੀ ਕਮੇਟੀ ਬਣਾਈ ਹੈ, ਗੁਰਦਾਸ ਸਿੰਘ ਸੰਧੂਆਂ ਨੇ ਬਣਾਈ ਹੈ, ਦਲਜੀਤ ਸਿੰਘ ਭੋਲਾ ਉਹਦੇ ਚੇਅਰਮੈਨ ਬਣਾਏ ਹੋਏ ਨੇ ਲੋਕਲ MLAs ਨੇ ਸਾਰੇ। ਅਤੇ ਦੋ ਸਾਨੂੰ ਉਮੀਦ ਆ ਕਿ ਸਾਡਾ ਭਰਾ ਮਨਪ੍ਰੀਤ ਜਾਲੀ, ਸੰਦੀਪ ਜਾਖੜ, ਉਹ ਵੀ ਇਸ ਕਮੇਟੀ ਦੇ ਵਿੱਚ ਨੇ, ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ, ਉਹਨਾਂ ਨੂੰ ਮੂਹਰੇ ਲਾਵਾਂਗੇ ਵੀ ਚਲੋ ਭਾਈ ਤੁਸੀਂ ਚੁਣੇ ਹੋਏ ਹੋ ਅਤੇ ਤੁਸੀਂ ਸਾਡੀ ਆਵਾਜ਼ ਬਣੋ, ਅਸੀਂ ਤੁਹਾਡਾ ਸਾਥ ਦੇਵਾਂਗੇ, ਅਸੀਂ ਪਿੱਛੇ ਤੁਰਨ ਨੂੰ ਤਿਆਰ ਹਾਂ। ਸਾਨੂੰ ਜਿਹੜੇ ਲੋਕ ਆਪਦੀ ਜ਼ਿੰਮੇਵਾਰੀ ਸਮਝਣ, ਅਸੀਂ ਲੋਕ ਹੀ ਕਟਾਹੀ ਕਰਦੇ ਹਾਂ ਕਿਤੇ, ਸਾਨੂੰ ਹੀ ਸੋਚ ਕੇ ਅਸੀਂ ਉਹ ਕੁਛ ਬੱਝੇ ਹੋਏ ਵੋਟ ਚੱਕ ਕੇ ਪਾ ਦਿੰਦੇ ਹਾਂ ਉਹਨਾਂ ਲੋਕਾਂ ਨੂੰ, ਇਹ ਜੀ ਫਲਾਨੀ ਧਿਰਾ ਹੈ ਫਲਾਨੀ ਧਿਰਾ, ਬੰਦਾ ਨਹੀਂ ਅਸੀਂ ਵੇਖਦੇ, ਬੰਦਾ ਵੇਖੋ ਬੰਦਾ ਲੜਨ ਵਾਲਾ ਹੋਵੇ ਤੁਹਾਡੀ ਖਾਤਰ। ਅਤੇ ਜਿੰਨਾ ਚਿਰ ਅਸੀਂ ਆਪਦੀ ਖਾਤਰ, ਪੰਜਾਬ ਦੀ ਖਾਤਰ ਲੜਨ ਵਾਲੇ, ਪੰਜਾਬ ਦੀ ਖਾਤਰ ਕੁਰਬਾਨ ਹੋਣ ਵਾਲਿਆਂ ਨੂੰ ਅੱਗੇ ਨਹੀਂ ਲੈ ਕੇ ਆਵਾਂਗੇ, ਉਨਾ ਚਿਰ ਫਿਰ ਸਾਨੂੰ ਤਰਲੇ ਹੀ ਕਰਨੇ। ਅਤੇ ਬੈਠ ਕੇ ਕੁਰਸੀ ਵਰਗੇ ਨਹੀਂ ਬਣਨਾ, ਕੁਰਸੀ ਦੀਆਂ ਰੋਹ ਰੀਤਾਂ ਬਦਲੀਆਂ ਜਾਣ ਫਿਰ ਉਹਨੂੰ ਰਾਜਨੀਤਿਕ ਬੰਦਾ, ਉਹਨੂੰ ਮਰਦ ਕਿਹਾ ਜਾਂਦਾ ਹੈ ਜਿਹੜਾ ਕੁਰਸੀ ਦੇ ਰਿਵਾਜ਼ ਬਦਲ ਦੇਵੇ, ਕੁਰਸੀ ਦੇ ਉੱਤੇ ਬੈਠ ਕੇ ਕੁਰਸੀ ਦੀ ਜਿਹੜੀ ਕਹਿ ਸਕਦੇ ਹਾਂ ਵੀ ਆਪਾਂ ਬੰਦੇ ਕੁਰਸੀਆਂ ਦੇ ਗੁਲਾਮ ਹੋ ਜਾਂਦੇ ਹਾਂ। ਸੋਚ ਵਿਚਾਰ ਵਾਲੇ ਲੋਕ ਨੇ ਵੀ ਇਸ ਮੁਲਕ ਦੇ ਵਿੱਚ ਵੀ ਰਹਿੰਦੇ ਨੇ, ਕੁਛ ਮੁਲਕ ਤੋਂ ਬਾਹਰ ਵੀ ਰਹਿੰਦੇ, ਚੰਗੀ ਸੋਚ ਵਾਲੇ ਲੋਕ ਹੈਗੇ ਨੇ ਜਿਹੜੇ ਵਿਚਾਰ ਆ ਜਾਣਾ ਚਾਹੁੰਦੇ ਨੇ, ਅਤੇ ਜੇ ਉਹ ਚੰਗੇ ਵਿਚਾਰ ਵਾਲੇ ਲੋਕ ਇਸ ਧਰਤੀ 'ਤੇ ਆ ਕੇ ਜੁੜ ਜਾਣ ਤਾਂ ਜ਼ਿਆਦਾ ਵਧੀਆ ਨੇ। ਚੰਗੇ ਹੋਏ ਹੋ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖਦੇ ਪਏ ਹੋ ਕੈਮਸ TV ਅਤੇ ਮੈਂ ਹਾਂ ਨਰਿੰਦਰ ਸਿੰਘ ਕਲੇਰ। ਪੰਜਾਬ ਦੇ ਵਿੱਚ ਜਿੱਥੇ ਕਹਿੰਦੇ ਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਅਤੇ ਦੂਸਰੇ ਪਾਸੇ ਪੰਜਾਬ ਦੀ ਸਹੁੰ ਖਾ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੋਕ ਇਹ ਕਹਿ ਦਿੰਦੇ ਆ ਕਿ ਪੰਜਾਬ ਦੀ ਧਰਤੀ ਨੂੰ ਚੁੰਮ ਲਈਏ ਅਤੇ ਤੰਦਰੁਸਤ ਹੋ ਜਾਣਾ, ਪਰ ਮੇਰੇ ਪਿੱਛੇ ਤਸਵੀਰਾਂ ਬੜੀਆਂ ਦੁੱਖ ਦੇਣ ਵਾਲੀਆਂ ਨੇ। ਮੇਰੇ ਪਿੱਛੇ ਤਸਵੀਰਾਂ ਕਾਲੇ ਪਾਣੀ ਦੀਆਂ ਨੇ। ਕਾਲਾ ਪਾਣੀ ਸੁਣਿਆ ਹੋਣਾ ਤੁਸੀਂ, ਪੀਣ ਵਾਲਾ ਹੋਵੇ ਭਾਵੇਂ ਜੇਲ੍ਹ ਵਾਲਾ ਹੋਵੇ, ਪਰ ਇਹ ਉਹਨਾਂ ਤੋਂ ਵੀ ਜ਼ਿਆਦਾ ਖਤਰਨਾਕ ਹੈ। ਕਿਉਂ ਖਤਰਨਾਕ ਹੈ? ਮੇਰੇ ਨਾਲ ਮੌਜੂਦ ਨੇ ਕਮਲਜੀਤ ਬਰਾੜ ਹੋਣੀ। ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵਾਰ ਲੋਕ ਸਭਾ ਦੇ ਵਿੱਚ ਆਜ਼ਾਦ ਤੌਰ 'ਤੇ ਲੁਧਿਆਣਾ ਤੋਂ ਉਮੀਦਵਾਰ ਖੜ੍ਹੇ, ਬਹੁਤ ਵੱਡੇ ਪੱਧਰ 'ਤੇ ਵੋਟ ਪਈ ਹੈ, ਪਰ ਇਹਨਾਂ ਦੇ ਵੱਲੋਂ ਜੋ ਇਹ ਉਪਰਾਲਾ ਦੀ ਸ਼ੁਰੂਆਤ ਜਾਂ ਜੋ ਉਪਰਾਲਾ ਕੀਤਾ ਜਾ ਰਿਹਾ ਉਸ ਦੇ ਵਿੱਚ ਆਪਣੀ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਸਵਾਗਤ ਕਰਨਾ ਸੀਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਰਾੜ ਸਾਹਿਬ, ਇਹ ਤਸਵੀਰਾਂ ਬੜੀਆਂ ਦਿਲ ਨੂੰ ਵਲੂੰਦਰਦੀਆਂ ਪਈਆਂ ਨੇ, ਪਹਿਲੀ ਵਾਰ ਦੇਖ ਕੇ ਕੀ ਫੀਲ ਹੋਇਆ ਇਹਨਾਂ ਤਸਵੀਰਾਂ? ਤਕਲੀਫ ਦੇ ਆ ਜੀ, ਅਸੀਂ ਪਿਤਾ ਕਹਿੰਦੇ ਹਾਂ, ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੈ ਕਿ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ, ਅਤੇ ਪਿਤਾ ਇਸ ਤਰ੍ਹਾਂ ਪਲੀਤ ਹੋ ਜੇ ਤਾਂ ਸਾਡੇ ਵਾਸਤੇ ਸ਼ਰਮਨਾਕ ਗੱਲ, ਇਸ ਤੋਂ ਵੱਧ ਕੀ ਹੋ ਸਕਦੀ ਆ, ਖਾਸ ਤੌਰ 'ਤੇ ਚੁਣੇ ਹੋਏ ਨੁਮਾਇੰਦਿਆਂ ਲਈ ਜਿਹੜੇ ਹੁਣ ਤੱਕ ਚੁਣਦੇ ਆਏ ਆ ਅਤੇ ਚੁਣਦੇ ਰਹੇ ਆ, ਅਤੇ ਜਿਹਨਾਂ ਦਾ ਜ਼ਿੰਮੇਵਾਰੀ ਜਿਹਨਾਂ ਦਾ ਕਿ ਕਹਿੰਦੇ 850 ਕਰੋੜ ਰੁਪਈਆ ਵੀ ਆ ਚੁੱਕਿਆ, ਅਤੇ ਅਸੀਂ ਤਾਂ ਪੜ੍ਹਦੇ ਹਾਂ ਬਾਣੀ ਦੇ ਵਿੱਚ ਲਿਖਿਆ, ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ, ਵੀ ਪਾਣੀ ਨਾਲ ਹੀ ਸਾਰੀ ਸ੍ਰਿਸ਼ਟੀ ਹਰੀ ਭਰੀ ਰਹਿਣੀ ਆ। ਅਤੇ ਇਹ ਇੱਥੋਂ ਸਾਡੇ, ਮੈਂ ਹੈਰਾਨ ਹਾਂ ਵੀ ਚਲੋ ਲੋਕਲ MLAs ਤਾਂ ਪੈਸੇ ਪੂਸੇ ਲੈ ਲੈਂਦੇ ਹੋਣੇ ਆ ਜਿਹੜੇ ਇੰਡਸਟਰੀ ਤੋਂ, ਅਤੇ ਦੱਖਣੀ ਮਾਲਵੇ ਦੇ ਜਿਹੜੇ ਸਾਰੇ ਖੇਤਰ ਦੇ ਲੋਕ ਨੇ, ਨੁਮਾਇੰਦੇ ਨੇ ਸਾਡੇ, ਕਿਉਂ ਚੁੱਪ ਨੇ ਉਹ, ਕਿਉਂ ਨਹੀਂ ਇਹਦੇ ਉੱਤੇ ਸੰਘਰਸ਼ ਕਰਦੇ? ਔਰ ਇਹ ਇੱਕ ਬਹੁਤ ਭਲੇ ਵਾਲਾ ਕੰਮ ਹੈ ਜੇ ਇਹ ਸੇਵਾ ਜਿਹਨੂੰ ਮਿਲ ਜੇ, ਜਿਸ ਬੰਦੇ ਦੇ ਸੇਵਾ ਇਹ ਹਿੱਸੇ ਆ ਜੇ ਪਰਮਾਤਮਾ ਦੀ, ਉਹਦੇ 'ਤੇ ਕਿਰਪਾ ਹੀ ਹੋਊਗੀ। ਹੁਣ ਇੱਥੋਂ ਦੇਖੋ ਆ, ਸਤਲੁਜ ਦੇ ਵਿੱਚ ਮਿਲ ਰਿਹਾ ਪਾਣੀ, ਸਤਲੁਜ ਤੋਂ ਗਾਹਾਂ ਫਿਰ ਸਾਡੇ ਉੱਥੇ ਹਰੀ ਕੇ ਪੱਤਣ ਤੋਂ ਨਹਿਰਾਂ ਨਿਕਲਦੀਆਂ ਨੇ, ਉਹ ਨਹਿਰਾਂ ਰਾਹੀਂ ਫਿਰ ਪੂਰੇ ਦੱਖਣੀ ਮਾਲਵੇ ਦੇ ਵਿੱਚ ਇਹ ਪਾਣੀ ਜਾਂਦਾ ਹੈ। ਮਤਲਬ ਬੱਚਿਆਂ ਨੂੰ ਬਿਮਾਰੀਆਂ, ਮਾਨਸਿਕ ਰੋਗੀ ਬੱਚੇ ਬਣ ਰਹੇ ਆ, ਅਤੇ
ਪਸ਼ੂਆਂ ਨੂੰ ਬਿਮਾਰੀਆਂ ਇੱਥੋਂ ਤੱਕ ਪੈ ਗਈਆਂ, ਪਸ਼ੂ ਵੀ ਸਾਡੇ ਨਹੀਂ ਬਚ ਰਹੇ, ਖੇਤਾਂ ਦੇ ਵਿੱਚ ਪਾਣੀ ਜਾਂਦਾ ਹੈ। ਇਹਦੀ ਜ਼ਿੰਮੇਵਾਰੀ ਜਿਹਨਾਂ ਲੋਕਾਂ ਦੀ ਬਣਦੀ ਹੈ, ਸਮਝ ਨਹੀਂ ਆਉਂਦੀ ਵੀ ਲੋਕਾਂ ਨੂੰ, ਆਮ ਲੋਕਾਂ ਨੂੰ ਇਹ ਗੱਲ ਪਤਾ ਕਿ ਅਸੀਂ ਕਿਹੜੇ ਲੋਕਾਂ ਨੂੰ ਅੱਗੇ ਲੈ ਆਉਂਦੇ ਹਾਂ। ਸਾਹਿਬ ਤੁਸੀਂ ਜਿਹੜੀ ਸੱਤਾਧਿਰ ਪਾਰਟੀ ਕਾਂਗਰਸ ਦੇ ਹੀ ਹਿੱਸੇ ਮਤਲਬ ਰਹੇ ਹੋ ਵਿੱਚ, ਜਦੋਂ ਉਹਨਾਂ ਬੰਦਿਆਂ ਦੇ ਨਾਲ ਬਹਿੰਦੇ ਹੁੰਦੇ ਸੀ ਕਦੇ ਚਰਚਾ ਨਹੀਂ ਹੁੰਦੀ ਸੀ? ਦੇਖਿਆ ਜੀ, ਮਿਹਨਤਾਂ ਕਰ ਕਰ ਹੰਭ ਗਏ ਸਭ ਦੀਆਂ ਮਿਹਨਤਾਂ ਕਰ ਲਈਆਂ ਲੋਕਲ। ਮੈਂ ਤੁਹਾਨੂੰ ਦੱਸਿਆ ਰਿਹਾ ਜਿਹੜੇ ਲੋਕਲ MLAs ਨੇ ਇਕੱਲੇ ਇਕੱਲੇ ਨੂੰ ਮਿਲੇ ਹੋਏ ਸੀ, ਕਾਂਗਰਸ ਦਾ ਹੋਵੇ ਚਾਹੇ ਹੁਣ ਇਹਨਾਂ ਦੀ ਕਮੇਟੀ ਬਣੀ ਆ, ਆਮ ਆਦਮੀ ਪਾਰਟੀ ਵਾਲਿਆਂ ਦੀ ਕਮੇਟੀ ਬਣਾਈ ਹੈ, ਗੁਰਦਾਸ ਸਿੰਘ ਸੰਧਵਾਂ ਨੇ ਬਣਾਈ ਹੈ, ਦਲਜੀਤ ਸਿੰਘ ਭੋਲਾ ਉਹਦੇ ਚੇਅਰਮੈਨ ਬਣਾਏ ਹੋਏ ਨੇ ਲੋਕਲ MLAs ਨੇ ਸਾਰੇ, ਅਤੇ ਦੋ ਸਾਨੂੰ ਉਮੀਦ ਆ, ਇੱਕ ਸਾਡਾ ਭਰਾ ਮਨਪ੍ਰੀਤ ਜਾਲੀ ਸੰਦੀਪ ਜਾਖੜ ਉਹ ਵੀ ਇਸ ਕਮੇਟੀ ਦੇ ਵਿੱਚ ਨੇ, ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ, ਉਹਨਾਂ ਨੂੰ ਮੂਹਰੇ ਲਾਵਾਂਗੇ ਵੀ ਚਲੋ ਭਾਈ ਤੁਸੀਂ ਚੁਣੇ ਹੋਏ ਹੋ ਅਤੇ ਤੁਸੀਂ ਸਾਡੀ ਆਵਾਜ਼ ਬਣੋ, ਅਸੀਂ ਤੁਹਾਡਾ ਸਾਥ ਦੇਵਾਂਗੇ, ਅਸੀਂ ਪਿੱਛੇ ਤੁਰਨ ਨੂੰ ਤਿਆਰ ਹਾਂ ਸਰ। ਨਹੀਂ ਫਿਰ ਵੀ ਜੇ ਬਰੀਕੀ ਨਾਲ ਗੱਲ ਕਰਾਂ, ਮੈਂ ਸਵਾਲ ਇਸ ਕਰਕੇ ਪੁੱਛਿਆ, ਜਦੋਂ ਕਾਂਗਰਸ ਸਰਕਾਰ ਸੀ ਤੁਸੀਂ ਵਿੱਚ ਯੂਥ ਦੇ ਨੇਤਾ ਸੀ, ਹੈ ਨਾ, ਤੁਹਾਡੇ ਫਾਦਰ ਸਾਹਿਬ MLA ਸੀ, ਵਿਧਾਇਕ ਸੀਗੇ, ਇਹ ਵੀ ਤਸਵੀਰਾਂ ਉਦੋਂ ਦੀਆਂ ਚੱਲਦੀਆਂ ਪਈਆਂ, ਉਦੋਂ ਜਦੋਂ ਗੱਲਾਂ ਹੁੰਦੀਆਂ ਸੀ ਉਦੋਂ ਫਿਰ ਇਹ ਗੱਲਾਂ ਦੇ ਵਿੱਚ ਨਹੀਂ ਕੋਈ ਰਿਜ਼ਲਟ ਨਿਕਲਦਾ ਪਿਆ ਸੀ? ਕੋਸ਼ਿਸ਼ ਕਰ ਸਕਦੇ ਹਾਂ, ਕੋਸ਼ਿਸ਼ ਕਹਿ ਸਕਦੇ ਹਾਂ ਵਾਰ ਵਾਰ, ਪਰ ਸਮਝ ਨਹੀਂ ਆਉਂਦੀ ਕਿ ਇਹਨਾਂ ਦੇ ਕੰਨਾਂ 'ਤੇ ਜੂੰ ਕਿਉਂ ਨਹੀਂ ਸਰਕਦੀ। ਅਸੀਂ ਇਸੇ ਕਰਕੇ ਤਾਂ ਕਹਿੰਦੇ ਹੁੰਦੇ ਹਾਂ ਨਾ ਕਿ ਚੁਣੇ ਹੋਏ ਹੋਣਾ ਨਰਿੰਦਰ ਬਹੁਤ ਵੱਡੀ ਗੱਲ ਹੁੰਦੀ ਆ, ਚੁਣਿਆ ਹੋਇਆ ਬੰਦਾ ਜਿੱਥੇ ਇੱਕ ਟਿਕਾਣਾ ਚਾਹੇ ਵਿਧਾਨ ਸਭਾ ਚਾਹੇ ਪਾਰਲੀਮੈਂਟ, ਉੱਥੇ ਬਹੁਤ ਬੁਲੰਦ ਆਵਾਜ਼ ਤੁਹਾਡੀ ਉੱਥੇ ਪਹੁੰਚਦੀ ਹੈ, ਉੱਥੇ ਤੁਸੀਂ ਤਾਕਤ ਬਣ ਕੇ ਲੋਕਾਂ ਦੀ ਲੜਾਈ ਲੜਦੇ ਹੋ, ਬਿਨਾਂ ਚੁਣੇ ਹੋਏ ਤੁਸੀਂ ਸੜਕਾਂ 'ਤੇ ਸੰਘਰਸ਼ ਕਰ ਸਕਦੇ ਹੋ, ਜਾਂ ਤੁਸੀਂ MLAs ਨੂੰ ਮੰਗ ਪੱਤਰ ਦੇ ਸਕਦੇ ਹੋ, ਮਾਰ ਸਕਦੇ ਹੋ। ਸੋ ਉਹ ਅਸੀਂ ਕਾਰਜ ਕਰਦੇ ਰਹੇ ਹਾਂ, ਪਹਿਲਾਂ ਅਸੀਂ ਉਹਨਾਂ ਨੂੰ ਪਿਆਰ ਨਾਲ ਵੀ ਕਹਿੰਦੇ ਰਹੇ ਹਾਂ, ਕਾਂਗਰਸ ਵਾਲਿਆਂ ਨੂੰ ਵੀ ਕਿਹਾ, ਕਾਂਗਰਸ ਵਾਲਿਆਂ ਨੂੰ ਕਿਹੜਾ ਕਿਹਾ ਨਹੀਂ, ਉਹਨਾਂ ਦੀ ਵੀ ਮਿਹਨਤਾਂ ਕਰੀਆਂ, ਹੁਣ ਇਹਨਾਂ ਦੀਆਂ ਮਿਹਨਤਾਂ ਕਰ ਲਈਆਂ, ਤੋ ਮਤਲਬ ਵੋਟਾਂ ਪਾ ਦਿੰਦੇ ਹਾਂ ਫਿਰ ਉਹਨਾਂ ਦੀਆਂ ਮਿਹਨਤਾਂ ਹੀ ਕਰਨੀਆਂ, ਫਿਰ ਫਾਇਦਾ ਕੀ? ਕਿਉਂ ਨਹੀਂ ਅਸੀਂ ਉਹ ਲੋਕ ਚੁਣਦੇ ਜਿਹੜੇ ਲੋਕ ਸਾਡੀ ਲੜਾਈ ਹਿੱਕ ਡਾ ਕੇ ਲੜਨ, ਜਿਹੜੇ ਲੋਕ ਆਪਦੀ ਜ਼ਿੰਮੇਵਾਰੀ ਸਮਝਣ? ਅਸੀਂ ਲੋਕ ਹੀ ਕਿਤਾਹੀ ਕਰਦੇ ਹਾਂ ਨਾ ਕਿਤੇ ਨਾ ਕਿਤੇ, ਸਾਨੂੰ ਹੀ ਸੋਚ ਕੇ ਅਸੀਂ ਉਹ ਕੁਛ ਬੱਝੀ ਹੋਈ ਵੋਟ ਚੱਕ ਕੇ ਪਾ ਦਿੰਦੇ ਉਹਨਾਂ ਲੋਕਾਂ ਨੂੰ, ਇਹ ਜੀ ਫਲਾਨੀ ਧਿਰ ਹੈ ਫਲਾਨੀ ਧਿਰ ਹੈ, ਬੰਦਾ ਨਹੀਂ ਅਸੀਂ ਵੇਖਦੇ, ਬੰਦਾ ਵੇਖੋ, ਬੰਦਾ ਲੜਨ ਵਾਲਾ ਹੋਵੇ ਤੁਹਾਡੀ ਖਾਤਰ, ਅਤੇ ਜਿੰਨਾ ਚਿਰ ਅਸੀਂ ਆਪਦੀ ਖਾਤਰ ਪੰਜਾਬ ਦੀ ਖਾਤਰ ਲੜਨ ਵਾਲੇ ਪੰਜਾਬ ਦੀ ਖਾਤਰ ਕੁਰਬਾਨ ਹੋਣ ਵਾਲਿਆਂ ਨੂੰ ਅੱਗੇ ਨਹੀਂ ਲੈ ਕੇ ਆਵਾਂਗੇ, ਉਨਾ ਚਿਰ ਫਿਰ ਸਾਨੂੰ ਤਰਲੇ ਹੀ ਕਰਨੇ ਪੈਣੇ ਹਨ। ਲੋਕਾਂ ਦੀ ਜਿਹੜੀ ਇਸ ਵਾਰ ਵੋਟ ਬੈਂਕ ਦੀ ਰੇਸ਼ੋ ਡਿਫਰੈਂਟ ਹੋਈ ਆ, ਕਾਂਗਰਸ ਵੱਲ ਵੱਧ ਗਈ, BJP ਵੱਲ ਵੱਧ ਗਈ, ਦੂਸਰੇ ਪਾਸੇ ਖੰਡੂਰ ਸਾਹਿਬ ਦੀ ਗੱਲ ਕੀਤੀ ਜਾਵੇ, ਫਰੀਦਕੋਟ ਦੀ ਗੱਲ ਕੀਤੀ ਜਾਵੇ, ਉੱਥੇ ਡਿਫਰੈਂਟ ਵੋਟ ਬੈਂਕ ਬਣ ਗਿਆ, ਇਹ ਸਭ ਦੇ ਵਿੱਚ ਤੁਸੀਂ ਜਿਹੜੇ ਮਾਈਕ ਦੇ ਸਾਈਨ ਤੋਂ ਲੋਕ ਸਭਾ ਦੇ ਵਿੱਚ ਅੱਗੇ ਆਏ ਹੋ, ਕੀ ਦੇਖਿਆ ਲੋਕਾਂ ਦੇ ਨਾਲ ਗੱਲਬਾਤ ਕਰਕੇ, ਕੀ ਸਮਝ ਆਈ? ਬਹੁਤੇ ਲੋਕ ਜਿਵੇਂ ਹੁਣ ਆਪਾਂ ਨੂੰ ਸਾਢੇ ਬੈਣੀ ਹੈ, ਵਿਚਾਰ ਨਾ ਖੜੇ, ਉਹਨਾਂ ਨੂੰ ਵਿਚਾਰ ਲੱਗਿਆ ਕਿ ਇਸ ਵਿਚਾਰ ਨਾਲ ਖੜ ਕੇ ਸਾਡਾ ਭਲਾ ਹੋਊਗਾ, ਅਤੇ ਬਹੁਤਿਆਂ ਨੇ ਉਹ ਨਹੀਂ ਲਾਇਆ ਜੂੜਾ ਗੱਲ 'ਚ, ਕਿਉਂਕਿ ਜਿਹੜੇ ਰਾਜਸੀ ਧਿਰਾਂ ਨੇ, ਸਥਾਪਿਤ ਰਾਜਸੀ ਧਿਰਾਂ ਨੇ, ਉਹਨਾਂ ਕੋਲ ਤਾਂ ਚੋਣ ਨਿਸ਼ਾਨ ਪਹਿਲਾਂ ਹੀ ਹੁੰਦੇ ਆ, ਔਰ ਉਹਨਾਂ ਕੋਲ ਤੰਤਰ ਮੰਤਰ ਹੁੰਦਾ, ਦੋ ਨੰਬਰ ਦੇ ਪੈਸੇ ਕਮਾਏ ਹੁੰਦੇ ਆ, ਨਸ਼ਾ ਵੰਡਦੇ ਆ, ਹਲੇ ਵੀ ਬਹੁਤ ਲੋਕ ਨਸ਼ਾ ਪੈਸੇ ਬਦਲੇ ਵੋਟ ਦਿੰਦੇ ਆ, ਔਰ ਜਿਹੜੇ ਕੁਛ ਪਰਸੈਂਟ ਨਸ਼ੇ ਅਤੇ ਪੈਸੇ ਬਦਲੇ ਵੋਟ ਦਿੰਦੇ ਆ ਨਾ, ਉਹੀ ਸਾਰਾ ਗਣਿਤ ਖਰਾਬ ਕਰਦੇ ਆ, ਉਹੀ ਲੋਕ ਜ਼ਿੰਮੇਵਾਰ ਆ ਜਿਹੜੇ ਆਹ ਚੀਜ਼ਾਂ ਤੋਂ ਸਾਨੂੰ ਨਜਾਤ ਨਹੀਂ ਮਿਲ ਰਹੀ, ਮੁਕਤੀ ਨਹੀਂ ਮਿਲ ਰਹੀ। ਦੁਬਾਰੇ ਲੋਕ ਜ਼ਿਆਦਾ ਕਾਂਗਰਸ ਵੱਲ ਵਧਿਆ ਇਸ ਵਾਰ, ਜੇਕਰ ਗੱਲ ਕੀਤੀ ਜਾਵੇ ਲੋਕ ਸਭਾ ਦੇ ਵਿੱਚ 7-8 ਸੀਟਾਂ ਆ ਗਈਆਂ, ਇਹਦਾ ਕੀ ਗੱਲ ਕਾਰਨ? ਨਹੀਂ ਨਹੀਂ ਕਿੱਥੇ ਬੰਦੇ, ਦੇਖੋ ਪਿਛਲੀ ਵਾਰ ਆਏ ਤਾਂ ਹੁਣ ਤੁਸੀਂ 2019 ਦੇ ਵਿੱਚ ਦੇਖੋ ਕਾਂਗਰਸ ਨੂੰ 8 ਸੀਟਾਂ ਆਈਆਂ, 8 ਸੀਟਾਂ, ਅਤੇ ਉਸ ਤੋਂ ਬਾਅਦ ਹੁਣ 2022 ਸੀ, 3 ਸਾਲਾਂ ਬਾਅਦ 18 'ਤੇ ਰਹਿ ਗਏ ਵਿਧਾਨ ਸਭਾ 'ਚ, ਕੋਈ ਉਹ ਨਹੀਂ ਹੈਗਾ, ਕਿਉਂਕਿ ਦੂਜੇ ਪਾਸੇ ਵੀ ਕਮਜ਼ੋਰੀ ਹੈ ਨਾ, ਹੁਣ ਮੰਨ ਲਓ ਚਰਨਜੀਤ ਸਿੰਘ ਚੰਨੀ ਆ, ਡਾਕਟਰ ਗਾਂਧੀ ਨੇ, ਉਹ ਆਪਦੇ ਕਰੈਕਟਰ ਕਰਕੇ ਜਿੱਤੇ ਨੇ, ਕਿਰਦਾਰ ਕਰਕੇ ਜਿੱਤੇ ਨੇ, ਉਹਨਾਂ ਲੋਕਾਂ ਨੂੰ ਲੋਕ ਜਾਣਦੇ ਨੇ, ਉਹਨਾਂ ਨੇ ਲੋਕਾਂ ਲਈ ਕੰਮ ਕੀਤਾ ਹੈ, ਸੋ ਉਹਨਾਂ ਨੂੰ ਆਪਾਂ ਜੇ ਕਹੀਏ, ਠੀਕ ਹੈ ਚੋਣ ਨਿਸ਼ਾਨ ਜ਼ਰੂਰ ਉਹਨਾਂ ਕੋਲ ਸੀਗਾ, ਪਰ ਉਹਨਾਂ ਨੂੰ ਜੇ ਨਿੱਜੀ ਤੌਰ 'ਤੇ ਵੀ ਦੇਖੀ, ਉਹ ਨਿੱਜਤਾ ਵੀ ਉਹਨਾਂ ਦੀ, ਆਪਦਾ ਕਰੈਕਟਰ ਕਿਰਦਾਰ ਵੀ ਉਹਨਾਂ ਦਾ ਸੀ ਨਾ, ਤੋ
ਮੈਂ ਨਹੀਂ ਸਮਝਦਾ ਕਿ ਕੋਈ ਬਹੁਤ ਵੱਡੀ ਇਹ ਅਚੰਭੇ ਵਾਲੀ ਗੱਲ ਹੈ, ਜੋ ਕਿਉਂਕਿ ਜਿੱਥੇ ਆਜ਼ਾਦ ਬੰਦਾ 1-2 ਲੱਖ 'ਤੇ ਜਿੱਤ ਰਿਹਾ ਸਾਡਾ ਖਡੂਰ ਸਾਹਿਬ ਤੋਂ, ਅਤੇ ਉੱਥੇ ਕਾਂਗਰਸ ਦਾ ਪ੍ਰਧਾਨ 20,000 ਤੋਂ ਜਿੱਤ ਰਿਹਾ। ਸੀਚੀਆਰ ਸਾਹਿਬ ਦੀ ਗੱਲ ਕਰ ਲੈਂਦੇ ਹਾਂ, ਲੋਕਾਂ ਨੇ ਚੁਣ ਕੇ ਭੇਜਿਆ ਹੋਇਆ ਵਾ ਸੰਸਦ ਦੇ ਵਿੱਚ ਬੋਲਣ ਨੂੰ, ਲਗਾਤਾਰ ਉਹਨਾਂ ਦੇ ਵੀਡੀਓਜ਼ ਵੀ ਚੱਲਦੀਆਂ ਰਹਿੰਦੀਆਂ ਨੇ ਕਿ ਉਹ ਸਫਾਈ ਕਰਦੇ ਆ ਨਹਿਰਾਂ ਦੇ ਵਿੱਚ, ਅਤੇ ਇਹ ਸਫਾਈ ਨੂੰ ਲੈ ਕੇ ਫਿਰ ਕਿਉਂ ਚੁਣ ਕੇ ਨਹੀਂ ਭੇਜਿਆ? ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਉਹਨਾਂ ਨੂੰ ਨੋਮੀਨੇਟ ਕੀਤਾ ਹੋਇਆ ਹੈ ਜੀ, ਅਤੇ ਉਹਨਾਂ ਨੇ ਸਰਕਾਰ ਨੇ ਆਮ ਆਦਮੀ ਪਾਰਟੀ ਦੀ, ਪਰ ਅਫਸੋਸ ਫਿਰ ਉਹੀ ਗੱਲ, ਮਤਲਬ ਉਹੀ ਚੁਣੇ ਜਾਂਦੇ ਨੇ, ਉਹੀ ਨੋਮੀਨੇਟ ਹੁੰਦੇ ਨੇ ਜਿਨ੍ਹਾਂ ਨੂੰ ਬਾਅਦ 'ਚ ਕੁਰਸੀ ਮਿਲ ਜੇ। ਮੈਂ ਹਮੇਸ਼ਾ ਇਹ ਗੱਲ ਕਹਿੰਦਾ ਉਹਨਾਂ ਨਰਿੰਦਰ, ਕੁਰਸੀ 'ਤੇ ਬੈਠ ਕੇ ਕੁਰਸੀ ਵਰਗੇ ਨਹੀਂ ਬਣਨਾ, ਕੁਰਸੀ ਦੀਆਂ ਰੋਹ ਰੀਤਾਂ ਬਦਲੀਆਂ ਜਾਣ, ਫਿਰ ਉਹਨੂੰ ਰਾਜਨੀਤਿਕ ਬੰਦਾ, ਉਹਨੂੰ ਮਰਦ ਕਿਹਾ ਜਾਂਦਾ ਹੈ ਜਿਹੜਾ ਕੁਰਸੀ ਦੇ ਰਿਵਾਜ਼ ਬਦਲ ਦੇਵੇ। ਕੁਰਸੀ ਦੇ ਉੱਤੇ ਬੈਠ ਕੇ ਕੁਰਸੀ ਦੀ ਜਿਹੜੀ ਕਹਿ ਸਕਦੇ ਵੀ ਆਪਾਂ ਬੰਦੇ ਕੁਰਸੀਆਂ ਦੇ ਗੁਲਾਮ ਹੋ ਜਾਂਦੇ ਆ, ਜਿਵੇਂ ਹੁਣ ਤੁਸੀਂ ਇਹਨਾਂ ਦੀ ਗੱਲ ਕੀਤੀ ਆ ਵੀ ਉਸ ਤੋਂ ਬਾਅਦ ਇਹਨਾਂ ਦੀ ਕੋਈ ਕਾਰਵਾਈ ਨਹੀਂ ਨਜ਼ਰ ਆ ਰਹੀ, ਕੋਈ ਸਫਾਈ ਨਹੀਂ, ਅਭਿਆਨ ਨਹੀਂ, ਜਦਕਿ ਬਹੁਤ ਵੱਡੇ ਪੱਧਰ 'ਤੇ ਰਾਜ ਸਭਾ ਦੇ ਵਿੱਚ ਜਾ ਕੇ ਇਹ ਗੱਲ ਕਰ ਸਕਦੇ ਆ, ਖਾਸ ਤੌਰ 'ਤੇ ਇਸ ਮਿਸ਼ਨ ਨਾਲ ਜੁੜੇ ਹੋਏ ਆ, ਇਸ ਮਿਸ਼ਨ ਨਾਲ ਜੁੜੇ ਹੋਣ ਕਰਕੇ, ਵਾਤਾਵਰਨ ਪ੍ਰੇਮੀ ਹੋਣ ਕਰਕੇ ਉਹਨਾਂ ਨੂੰ ਰਾਜ ਸਭਾ 'ਚ ਤੁਹਾਡੇ ਖਾਸਮ ਖਾਸ ਰਾਜਾ ਵੜਿੰਗ ਸਾਹਿਬ ਇੱਥੇ ਪਹੁੰਚ ਗਏ ਨੇ ਵਧੀਆ ਜਗ੍ਹਾ 'ਤੇ, ਆਪਣਾ ਵਧੀਆ ਜਗ੍ਹਾ, ਪਰ ਨਹੀਂ ਇੱਥੇ ਪਹੁੰਚ ਗਏ ਨੇ, ਹੁਣ ਇੱਥੋਂ ਦੀ ਉਹ ਦੇਖਣਗੇ ਚੀਜ਼ਾਂ, MP ਬਣ ਗਏ ਨੇ, ਉਹਨਾਂ ਦੇ ਨਾਲ ਤੁਹਾਡਾ ਬੜਾ ਕਹਿੰਦੇ ਮੁਕਾਬਲਾ ਗਰਾਰੀ ਜਿਹੀ ਅੜੀ ਰਹਿੰਦੀ ਹੈ ਕਿ ਇਹ ਲੋਕਾਂ ਨੂੰ ਬਹੁਤ ਨੂੰ ਪਤਾ ਵੀ ਲੱਗ ਗਿਆ, ਪਰ ਇੱਕ ਹਲਕਾ ਜਿਹਾ ਦੱਸੇ ਉੱਥੇ ਜਾ ਕੇ। ਮੈਂ ਚਾਹੁੰਦਾ ਸੀ ਵੀ ਆਪਾਂ ਬੜੇ ਪਵਿੱਤਰ, ਪਰ ਉਹਨਾਂ ਨੂੰ ਹੁਣ ਮੌਕਾ ਮਿਲ ਗਿਆ ਇਹ ਸਫਾਈ ਕਰਾਉਣ ਦਾ, ਕੋਈ ਨਹੀਂ ਦੇਖਾਂਗੇ ਕਰਦਾ ਕੀ ਹੈ, ਆਉਣ ਦਾ ਸਮਾਂ ਹੈਗਾ, ਦੇਖਦੇ ਮੂਹਰੇ ਕੀ ਗੱਲ। ਅੱਛਾ ਇੱਕ ਲਾਸਟ ਸਵਾਲ ਲੈ ਲੈਣਾ, ਪਿੰਡ ਦੇ ਲੋਕ ਕਹਿੰਦੇ ਆ ਕਿ ਇੱਥੇ ਜਦੋਂ ਸਿਆਸਤਦਾਨ ਆਉਂਦੇ ਆ ਉਹ ਬੋਲ ਕੇ ਚਲੇ ਜਾਂਦੇ ਆ, ਪਰ ਸਾਡੇ ਹਾਲਾਤ ਉਹੀ ਆ, ਅਸੀਂ ਤਾਂ ਨਲਕਾ ਗੇੜਦੇ ਹਾਂ ਤਾਂ ਕਾਲਾ ਪਾਣੀ। ਸਿਆਸਤਦਾਨ ਕਿੱਥੇ ਆਉਂਦੇ ਇੱਥੇ? ਸਿਆਸਤਦਾਨ ਤਾਂ ਨੇੜ ਦੀ ਨਹੀਂ ਲੰਘਦੇ ਦਰਿਆ ਦੇ, ਇਸ ਦੇ ਬੁੱਢੇ ਨਾਲੇ ਦੇ। ਸਿਆਸਤਦਾਨ ਥੋੜ੍ਹੀ ਇੱਥੇ, ਹੁਣ ਜਿੰਨੇ ਵੀ ਅਸੀਂ ਆਏ ਹੋਏ ਹਾਂ ਸਾਰੇ ਭਰਾ ਇਕੱਠੇ ਹੋ ਕੇ, ਉਹ ਚਿੰਤਤ ਆ ਪੰਜਾਬ ਪ੍ਰਤੀ, ਉਹ ਲੋਕ ਆਏ ਹੋਏ ਨੇ, ਸਿਆਸਤਦਾਨ ਨਹੀਂ ਆਉਂਦੇ ਇੱਥੇ। ਸਿਆਸਤਦਾਨਾਂ ਨੂੰ ਤਾਂ ਪਤਾ ਹੈ ਜੇ ਅਸੀਂ ਇੱਥੇ ਆ ਕੇ ਸਾਨੂੰ ਫੜ ਕੇ ਲੋਕ ਵਿੱਚ ਨਾ ਸੱਟ ਦੇਣੇ ਦੇ, ਸਿਆਸਤਦਾਨ ਨਹੀਂ ਨੇੜ ਦੀ ਲੰਘਦਾ ਇਸ ਕੰਮ ਦੇ। ਸਿਆਸਤਦਾਨ ਤਾਂ ਹੁਣ ਆਹ ਤੁਖੜ ਦੁਪਹਿਰੇ ਆਪਾਂ ਖੜੇ ਹਾਂ, ਉਹ ਤਾਂ AC ਚਲਾਈ ਪਏ ਸਾਰੇ, ਕਿਹੜੇ ਸਿਆਸਤਦਾਨ ਇੱਥੇ ਆਉਣਾ, ਕਿਹਨੇ ਸਾਡੀ ਗੱਲ ਸੁਣਨੀ? ਇਹ ਤਾਂ ਹੁਣ ਅਸੀਂ ਸਿਆਸਤਦਾਨ ਦੇ ਪੁੱਤਾਂ ਦੇ ਬੈਠਾਂਗੇ। ਅੱਛਾ ਇੱਕ ਲਾਸਟ ਗੱਲ ਲੈ ਲੈਣਾ, ਮੈਂ ਇੱਕ ਨਾ ਤੁਹਾਡੀ ਪੇਜ 'ਤੇ ਇੱਕ ਵੀਡੀਓ, ਅਸੀਂ ਪੋਸਟਰ ਦੇਖਿਆ ਸੀ ਮੁੱਲਾਪੁਰ ਅਪਡੇਟ ਪੇਜ 'ਤੇ, ਉਹ 5-10 ਲੱਖ ਲੋਕਾਂ ਤੱਕ ਪਹੁੰਚਿਆ, ਲਾਈਕ ਕੀਤਾ ਸੀ ਲੋਕਾਂ ਨੇ, ਉਹ ਲੋਕ ਕਿਹੜੇ ਸੀ? ਸੋਚ ਵਿਚਾਰ ਵਾਲੇ ਲੋਕ ਨੇ ਵੀ, ਇਸ ਮੁਲਕ ਦੇ ਵਿੱਚ ਵੀ ਰਹਿੰਦੇ ਨੇ, ਕੁਛ ਮੁਲਕ ਤੋਂ ਬਾਹਰ ਵੀ ਰਹਿੰਦੇ ਨੇ, ਚੰਗੀ ਸੋਚ ਵਾਲੇ ਲੋਕ ਹੈਗੇ ਨੇ ਜਿਹੜੇ ਵਿਚਾਰ ਨਾਲ ਜੁੜਨਾ ਚਾਹੁੰਦੇ ਨੇ, ਅਤੇ ਜੇ ਉਹ ਚੰਗੇ ਵਿਚਾਰ ਵਾਲੇ ਲੋਕ ਇਸ ਧਰਤੀ 'ਤੇ ਆ ਕੇ ਜੁੜ ਜਾਣ ਤਾਂ ਜ਼ਿਆਦਾ ਵਧੀਆ। ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਸੋ ਕਮਲਜੀਤ ਬਰਾੜ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਇਹ ਦੱਸਿਆ ਗਿਆ ਹੈ ਕਿ ਇੱਥੇ ਸੋਚ ਬਦਲਣ ਦੀ ਲੋੜ ਹੈ, ਜੇਕਰ ਸੋਚ ਬਦਲੀ ਜਾਊਗੀ ਤਾਂ ਆਪਣੇ ਆਪ ਹਾਲਾਤ ਬਦਲਣਗੇ, ਪਰ ਇਹ ਸੋਚ ਕਿਸ ਨੇ ਬਦਲਣੀ ਹੈ? ਇਹ ਲੋਕਾਂ ਨੇ ਹੀ ਮੁੱਦੇ ਚੁੱਕਣੇ ਆ, ਅਤੇ ਲੋਕਾਂ ਮੁੱਦਿਆਂ ਦੇ ਵਿੱਚ ਸੰਵਿਧਾਨ ਕੌਂਸਟੀਟਿਊਸ਼ਨ ਦੇ ਵਿੱਚ ਵੋਟ ਸਭ ਤੋਂ ਵੱਡਾ ਹੱਕ ਹੁੰਦਾ ਹੈ। ਸੋ ਵੋਟ ਦੇ ਹੱਕ ਨੂੰ ਤੁਸੀਂ ਅਪਣਾਓ, ਅਤੇ ਜੋ ਮੁੱਦੇ ਆ ਉਹਨਾਂ ਨੂੰ ਆਪਣੇ ਸਰਕਾਰੀ ਦਰਬਾਰੇ ਪਹੁੰਚਾਉਣ ਦੀ ਕੋਸ਼ਿਸ਼ ਕਰੋ।